ਲੋਰ ਦੇ ਨਜ਼ਦੀਕ ਪੈਂਦੇ ਪਿੰਡ ਰਾਮਗੜ੍ਹ ਵਿਖੇ ਪਾਣੀ ਦੀ ਸਮੱਸਿਆ ਦੇ ਹੱਲ ਲਈ DDPO ਜਲੰਧਰ ਨੇ PDPO ਫਲੋਰ ਨਾਲ ਮਿਲ ਕੇ ਪਿੰਡ ਰਾਮਗੜ੍ਹ ਦਾ ਦੌਰਾ ਕੀਤਾ ਤੇ ਮੌਕੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਪਿੰਡ ਦੀ ਬਲਾਕ ਸਮਤੀ ਦੇ ਅੰਡਰ ਜੋ ਜਗ੍ਹਾ ਆਉਂਦੀ ਹੈ ਉਸ ਜ਼ਮੀਨ ਤੇ ਜਾ ਕੇ ਵੇਖਿਆ ਜਿੱਥੇ ਕਿ ਪਿੰਡ ਦਾ ਗੰਦਾ ਪਾਣੀ ਪਾਇਆ ਜਾ ਸਕੇ। ਸਰਪੰਚ ਰਾਮਗੜ੍ਹ ਸਰਬਜੀਤ ਸਾਪੀ ਨੇ ਦੱਸਿਆ ਕਿ ਪਿੰਡ ਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ GT ਰੋਡ 'ਤੇ ਪਾਣੀ ਆਉਂਦਾ ਹੈ, ਜਿਸ ਕਰਕੇ ਅੱਜ ਪਾਣੀ ਦੇ ਨਿਕਾਸ ਦਾ ਪੱਕਾ ਹੱਲ ਕਰਨ ਲਈ DDPO ਨੇ ਪਿੰਡ ਦੀ ਪੰਚਾਇਤੀ ਜ਼ਮੀਨ ਵੇਚੀ ਜਿੱਥੇ ਕਿ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋ ਸਕੇ, ਪਰ ਕੋਈ ਜਗ੍ਹਾ ਮੁਕਰਰ ਨਹੀਂ ਕੀਤੀ ਗਈ। ਉਹਨਾਂ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ। ਫਿਲੌਰ ਤੋਂ ਬੰਟੀ ਕਲੇਰ ਦੇ ਨਾਲ ਅਮਰਜੀਤ ਸਿੰਘ ਮੁੰਨ ਦੀ ਖਾਸ ਰਿਪੋਰਟ। ਸਾਹਿਬ DDPO ਸਾਹਿਬ ਆਏ ਸੀਗੇ, ਕੀ ਮਸਲਾ ਸੀਗਾ ਸਾਰਾ? ਮਸਲਾ ਜਨਾਬ ਇਹ ਆ ਵੀ ਪਿਛਲੇ ਕੁਛ ਦਿਨਾਂ ਤੋਂ GT ਰੋਡ ਹਾਈਵੇ 'ਤੇ ਪਿੰਡ ਰਾਮਗੜ੍ਹ ਤਹਿਸੀਲ ਫਲੌਰ ਵਿਖੇ ਪਾਣੀ ਬੰਦ ਹੋਣ ਕਰਕੇ ਸਾਰਾ GT ਰੋਡ 'ਤੇ ਚੱਲ ਰਿਹਾ, ਰਾਮਗੜ੍ਹ ਦਾ ਤਾਂ ਪੈਂਟੀ ਰਿਹਾ। ਹੁਣ ਜਲੰਧਰ ਤੋਂ DDPO ਸਾਹਿਬ ਅਤੇ ਇੱਥੋਂ ਫਲੌਰ ਤੋਂ BDO ਸਾਹਿਬ ਆਏ ਸੀਗੇ, ਉਹਨਾਂ ਨੂੰ ਅਸੀਂ ਮੌਕਾ ਦਿਖਾਇਆ ਜੋ ਪੰਚਾਇਤ ਸਮਤੀ ਦੀ ਜ਼ਮੀਨ ਪਈ ਹੋਈ ਆ 5 ਢੇਰੇ ਆ ਅਤੇ ਰਾਮਗੜ੍ਹ ਵਿੱਚ। ਹੁਣ ਜਨਾਬ ਨੂੰ ਮੌਕਾ ਦਿਖਾ ਦਿੱਤਾ ਆ, ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਜਿੱਥੇ ਵੀ ਹੁੰਦਾ ਪਾਣੀ ਦਾ ਮਸਲਾ ਹੱਲ ਉਹ ਕਰ ਦਿੰਦੇ ਆ। ਕੀ ਮੰਗ ਕਰਦੇ ਸੀ? ਬਸ ਤਾਂ ਇਹ ਕਹਿੰਦੇ ਵੀ ਜਿੰਨੀ ਜਲਦੀ ਜਲਦੀ ਤੋਂ ਜਲਦੀ ਹੋ ਸਕੇ। ਯਦਿ ਆਪਕੋ ਹਮਾਰੀ ਇਹ ਵੀਡੀਓ ਪਸੰਦ ਆਈ ਤੋ ਹਮਾਰੇ ਚੈਨਲ ਕੋ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੇਂ। ਐਸੀ ਔਰ ਅਪਡੇਟਸ ਦੇਖਨੇ ਕੇ ਲੀਏ ਬੈਲ ਆਇਕਨ ਜ਼ਰੂਰ ਦਬਾਏਂ।